नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। ऐसी लोगों ने गल समझाने की कोशिश की कि पंजाब के विच एक बदल आ गया, बथेरा समझाया, लोगों को गए, पर गुरदासपुर जिला थोड़ी देर बाद समझता सारे पंजाब के विच एक बदलाव की लहर चल रही। और मालवे वाले ने 69 सीटा चो 66 सीटा दे के सरकार बना, पर गुरदासपुर जिला ऐसा रहा कि साढ़े जिले के विच एक बटाले तो विधायक बने, तो पठानकोट चो एक पोए चो बने। ਅਸੀਂ ਕੋਈ ਨਹੀਂ, ਜਿਵੇਂ ਜਿਵੇਂ ਲੋਕਾਂ ਦਾ ਫਤਵਾ, ਔਰ ਲੋਕਾਂ ਦਾ ਫਤਵਾ ਹਮੇਸ਼ਾ ਰੱਬ ਰੂਪੀ ਹੁੰਦਾ, ਉਹਨੂੰ ਲੋਕਤੰਤਰ ਦੇ ਵਿੱਚ ਮੰਨਿਆ ਜਾਂਦਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਮੈਨੂੰ ਅੱਜ ਦੱਸਦਿਆਂ ਫਖਰ ਹੈ ਕਿ ਤੁਸੀਂ ਪਿਛਲੇ 5 ਸਾਲ ਉਹਨਾਂ ਸੱਤਾਧਾਰੀ ਲੋਕਾਂ ਦੇ ਦੇਖ ਲਓ ਤੇ 2 ਸਾਲ ਸਕਦੀ ਆਮ ਆਦਮੀ ਪਾਰਟੀ ਜਿਹਨੂੰ ਸਵਾਗਤ ਕਰਦੇ ਹਾਂ ਜੀ ਰੈਲੀਆਂ ਦੇ ਵਿੱਚ ਆ ਗਏ। ਅੱਜ ਕੱਲ੍ਹ ਤੇ ਕਿਸਾਨ ਦਾ ਬੜੇ ਸਮਾਂ ਹੋ ਸਮਾਂ ਸੀਗਾ, ਪੂਰਾ ਦਿਨ ਸਵੇਰੇ 6 ਵਜੇ ਉੱਠਦੇ ਆ ਤੇ ਬਈ ਪੂਰੇ ਸ਼ਹਿਰ ਨੂੰ ਟਾਈਮ ਦਿੰਦੇ ਆ। ਇਹਨਾਂ ਸਮਾਜਿਕ ਸਾਂਝਾਂ ਸੀਗੀਆਂ, ਉਹ ਸਮਾਜਿਕ ਸਾਂਝਾ ਵੀ ਭੁਲਾ ਦੇ ਆਮ ਆਦਮੀ ਪਾਰਟੀ ਦੇ ਹੱਥ ਮਿਠੂ ਦੂਸਰੇ ਨੂੰ ਮਿਲਣ ਲਈ ਜਿਹੜੀਆਂ ਸਾਡੀਆਂ ਇੱਕ ਦੂਸਰੇ ਜਿਹੜੀਆਂ ਚੀਜ਼ਾਂ ਵਿਆਹ ਸ਼ਾਦੀ ਜਾਣ ਤੇ ਗ੍ਰੇਡ ਕਰਦੇ ਸੀ ਜਿਹਨੂੰ ਸਵਾਗਤ ਕਰਦੇ ਹਾਂ ਜੀ ਬਹੁਤ ਬਿਜ਼ੀ ਹੋ ਕਿ ਪੂਰਾ ਦਿਨ ਸਵੇਰੇ 6 ਵਜੇ ਉੱਠਦੇ ਆ ਪੂਰੇ ਸ਼ਹਿਰ ਨੂੰ ਮਾਹੌਲ ਕਾਇਮ ਕਰ। ਦੇਖੋ ਜੀ, ਇਸ ਵਾਰੀ ਜਿੱਥੇ ਮਰਜ਼ੀ ਜਾਓ, ਕਿਹਨੂੰ ਮਰਜ਼ੀ ਮਿਲੋ, ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਸੀ ਅਸੀਂ ਆਮ ਆਦਮੀ ਪਾਰਟੀ ਹੱਥ ਜਿਹੜੀਆਂ ਸਾਡੀਆਂ ਵਧੀਆ ਵਧੀਆ ਚੀਜ਼ਾਂ ਸਾਡੇ ਪਰਿਵਾਰ ਐਸੀ ਹੈ ਵਪਾਰ ਕਰਦੇ ਬਹਿਤ ਸੱਚ ਦੱਸੀ ਦਿਲੋਂ ਸਵਾਗਤ ਕਰਦੇ ਹਾਂ ਜੀ। ਆ ਰਿਹਾ ਕਿ 5 ਸਾਲ ਪਹਿਲਾਂ ਮਾਰਿਆ ਅੱਜ ਕੱਲ੍ਹ ਤੇ ਝੂਠ ਨਾ ਮਾਰੇ। ਮੈਂ ਤਾਂ ਬਹੁਤ ਬਿਜ਼ੀ ਹੋ ਕਿ ਪੂਰਾ ਦਿਨ ਸਵੇਰੇ 6 ਵਜੇ ਉੱਠਦੇ ਆ ਟੈਂਡਰ ਪਾਉਂਦੇ ਬਈ ਪੂਰੇ ਸ਼ਹਿਰ ਨੂੰ ਟਾਈਮ ਦਿੰਦੇ ਆ। ਇਹਨਾਂ ਨੂੰ ਤਾਂ ਟੈਲੀਫੋਨ ਆਉਂਦਾ ਸੀ, ਦੇਖੋ ਜੀ ਇਸ ਵਾਰੀ ਹਰ ਬੰਦੇ ਵੀ ਟੈਂਡਰ ਪਾ ਲਈ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਦੇ ਸੀ ਅਸੀਂ, ਤੀਜੇ ਨੂੰ ਆਉਂਦਾ ਸੀ ਸੁੱਟ ਗਈ ਜਿਹੜੀਆਂ ਸਾਡੀਆਂ ਚੌਥੀਆਂ ਹੋਈਆਂ ਸੀ ਇਹ ਤਾਂ ਸਾਡਾ ਟੈਂਡਰ ਪ੍ਰੀਮੀਅਮ ਕਰਦੇ ਪੂਰਾ ਦਿਨ ਸਵੇਰੇ 6 ਵਜੇ ਉੱਠਦੇ ਆ ਤੇ ਬਈ ਪੂਰੇ ਸ਼ਹਿਰ ਨੂੰ ਟਾਈਮ ਦਿੰਦੇ ਆ। ਦੇਖੋ ਜੀ ਇਸ ਵਾਰੀ ਆਮ ਆਦਮੀ ਪਾਰਟੀ ਦੇ ਹੱਥ ਵੀ ਫੂਕ ਕਰਦੇ ਸੀ ਅਸੀਂ ਜਿਹੜੀਆਂ ਸਾਡੀਆਂ ਚੀਜ਼ਾਂ। ਨਮਸਕਾਰ, ਰਿਪੋਰਟਰ ਅਜੇ ਮਹਾਜਨ, ਆਪ ਦੇਖ ਰਹੇ ਹੈ ਫਾਸਟ ਨਿਊਜ਼ ਇੰਡੀਆ।
ਆਪ ਸਰਕਾਰ ਨੇ ਕਭੀ ਕਿਸੀ ਵੀ ਸਰਕਾਰ ਬੈਠੀ ਹੈ ਬਿਜਲੀ ਨਹੀਂ ਖਰੀਦੀ, ਵਾਦੇ ਤੋਂ ਬੜੇ ਕਰਕੇ ਹਮ ਯੇ ਕਰ ਦੇਂਗੇ। ਪਬਲਿਕ ਕਹਿੰਦੀ ਕਿ ਹਮ ਅਨਾਜ ਕੇ ਉੱਪਰ ਬੈਠੇ ਨਹੀਂ ਕਿ ਆਟਾ ਖਾਏ ਤੋ ਆਪਣਾ ਕੰਮ ਚਲਾਏ, ਜੋ ਕੰਮ ਆਪ ਸਰਕਾਰ ਨੇ ਕੀਏ ਹੈ ਪੂਰੇ ਵਾਦੇ ਪੂਰੇ ਕੀਏ ਹੈ ਉਹਨਾਂ ਨੇ। ਅਗਰ ਆਪ ਜੀਤ ਸਕਦੇ ਹੈ ਤੋ ਕਿਆ ਵਾਦੇ ਪੂਰੇ ਕਰ ਸਕਦੇ ਹੈ ਇਹ ਬਤਾਈਏਗਾ। ਸਮੇਂ ਦੇ ਵਿੱਚ ਐਸੀ ਪੋਲਿਸੀ ਜ਼ਰੂਰ ਆਏਗੀ ਕਿ ਵਪਾਰੀ ਵਰਗ ਨੂੰ ਫਾਇਦਾ ਹੋਵੇ।
बाबू जी का कहने का मतलब है कि आप सरकार को अगर जिताना है सो समझ के समझाइएगा, क्योंकि दिमाग तो अपने अपने होते हैं, वोट हर बंदे का हक है। अगर हम इस सरकार को जिताते हैं तो हमें फायदा ही फायदा है। हम बाबू जी का बहुत बहुत धन्यवाद करते हैं, जिस जाने में वो हमें क्या क्या सुविधा देंगे उन्होंने ये भी बताया। धन्यवाद, फास्ट न्यूज इंडिया, आज महाजन।